ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਫਾਸਟ ਵੇ ਸੰਦੇਸ਼। ਅੱਜ ਅਸੀਂ ਪਹੁੰਚੇ ਹਾਂ ਡਿਸਟ੍ਰਿਕਟ ਗੁਰਦਾਸਪੁਰ, ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਖਾਸਾ ਵਾਲੀ, ਜਿੱਥੇ ਕਿ ਪੰਚਾਇਤੀ ਪੈਲੀ ਦੇ ਵਿੱਚ ਕਮੇਟੀ ਘਰ ਵਾਲਿਆਂ ਕਬਜ਼ਾ ਕਰਕੇ ਕੂੜਾ ਸੁੱਟਿਆ ਹੈ। ਪਿੰਡ ਦਾ ਪਾਣੀ ਵੀ ਖਰਾਬ ਹੋਇਆ, ਮੀਂਹ ਆਉਂਦਾ ਤਾਂ ਕਰਕੇ ਪਾਣੀ ਦੇ ਨਾਲ ਵੀ ਕੂੜਾ ਉਹ ਆ ਪਿੰਡ ਵੱਲੋਂ ਨਿਕਲ ਜਾਂਦਾ, ਪੈਲੀਆਂ 'ਚ ਚੱਲ ਜਾਂਦਾ ਆ। ਜੇ ਹਨੇਰੀ ਆਵੇ ਤਾਂ ਲਿਫਾਫੇ ਗੰਦੇ ਮੁੰਦੇ ਪੈਲੀਆਂ 'ਚ ਖੇਤਾਂ ਜਾਣ ਡੇ ਨੇ। ਪਿੰਡ ਦੇ ਵਿੱਚ ਬਿਮਾਰੀਆਂ ਫੈਲ ਰਹੀਆਂ, ਪਾਣੀ ਗੰਦਾ ਹੋ ਰਿਹਾ, ਕਾਫੀ ਨੁਕਸਾਨ ਹੋ ਰਿਹਾ ਪਿੰਡ ਦਾ। ਤਾਂ ਜੋ ਕਿ ਪਿੰਡ ਵਾਲੇ ਮੰਗ ਕਰਦੇ ਨੇ ਕਿ ਇਹ ਕੂੜਾ ਜੋ ਸ਼ਹਿਰ ਦਾ ਇੱਥੇ ਪੂਰਾ ਸੁੱਟਿਆ ਜਾ ਰਿਹਾ, ਇੱਥੋਂ ਇਹਨੂੰ ਚੁਕਾਇਆ ਜਾਵੇ, ਤਾਂ ਜੋ ਕਿ ਕਮੇਟੀ ਘਰ ਦਾ ਇੱਥੋਂ ਕਬਜ਼ਾ ਛੁੱਟ ਜੇ। ਪੰਚਾਇਤੀ ਪੈਲੀ ਆ, ਸਾਡੇ ਨਾਲ ਪਿੰਡ ਵਾਸੀ ਮੌਜੂਦ ਹਨ, ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮੈਂ ਗੁਰਪ੍ਰੀਤ ਸਿੰਘ ਖਾਸਾ ਵਾਲੀ, ਮੈਂ ਇਸ ਪਿੰਡ ਦਾ ਵਸਨੀਕ ਹਾਂ। ਇਹ ਸਾਡੇ ਪਿੰਡ ਵਾਸਤੇ ਇਹ ਜਿਹੜਾ ਡੇਰਾ ਬਾਬਾ ਨਾਨਕ ਤੋਂ ਕੂੜਾ ਆਉਂਦਾ ਵਾ, ਇਹ ਸਾਡੇ ਪਿੰਡ ਦੀ ਨਹਾਇਤ ਹੀ ਦੁਰਦਿਸ਼ਾ ਕਰਨ ਵਾਲਾ ਵਾ। ਇਹ ਜੇ ਉੱਚਾ ਹੋ ਕੇ ਉੱਡੇਗਾ ਤਾਂ ਫਸਲਾਂ ਦਾ ਨੁਕਸਾਨ ਹੋਵੇਗਾ, ਨਹੀਂ ਤਾਂ ਇਹ ਜੇ ਜ਼ਮੀਨ ਵਿੱਚ ਹੈਗਾ ਵਾ ਅਤੇ ਪਾਣੀ ਦਾ ਵੀ ਗੰਦਾ ਹੋ ਗਿਆ, ਸਾਡਾ ਪੀਣ ਵਾਲਾ ਪਾਣੀ ਵੀ ਪੀਣ ਯੋਗ ਨਹੀਂ ਰਿਹਾ, ਇਹ ਲੋਕਾਂ ਦੀਆਂ ਫਸਲਾਂ ਦਾ ਨੁਕਸਾਨ ਕਰਨ ਦੀ ਬਜਾਏ ਬਿਮਾਰੀਆਂ ਫੈਲਣ ਤੱਕ ਵੀ ਜਾ ਸਕਦਾ ਵਾ। ਇਹ ਬੰਦ ਹੋਣਾ ਚਾਹੀਦਾ ਵਾ। ਇਹ ਸਰਕਾਰ ਨੇ ਮੱਲੋ ਮੱਲੀ ਆਣ ਕੇ ਅਤੇ ਕਬਜ਼ਾ ਕਰ ਲਿਆ ਵਾ, ਇੱਥੇ ਕੋਈ ਇਹਨਾਂ ਦਾ ਬਣਦਾ ਨਹੀਂ ਹੈਗਾ। ਇਹ ਦਿੱਲੀ ਵਾਂਗੂ ਕੂੜਾ ਕੂੜਾ ਵਾਸਤੇ ਇੱਕ ਵੱਖਰਾ ਪਲੈਨ ਬਣਨਾ ਚਾਹੀਦਾ ਵਾ, ਜਿਹੜਾ ਮੁੜ ਕੇ ਰੀਸਾਈਲ ਕਰਕੇ ਅਤੇ ਲੋਕਾਂ ਦੇ ਵਰਤੋਂ 'ਚ ਆ ਸਕੇ। ਇਹ ਤਾਂ ਪੂਰਾ ਨੁਕਸਾਨ ਹੈ, ਜਿਸ ਤਰ੍ਹਾਂ ਵੀ ਕੋਈ ਵੀ ਹੋਏ, ਇਹਦੇ ਵਿੱਚ ਦਵਾਈਆਂ ਸ਼ੀਸ਼ੇ ਕੱਚ ਆਉਂਦਾ ਵਾ, ਕਿਸੇ ਨੂੰ ਸੱਟ ਲੱਗ ਸਕਦੀ ਆ, ਕਿਸੇ ਦੇ ਵੱਜ ਸਕਦਾ ਵਾ। ਦੂਸਰੀ ਗੱਲ ਹੈ ਵੀ ਇੱਥੇ ਕੁੱਤੇ ਵੀ ਇੰਨੇ ਜ਼ਿਆਦਾ ਹੋ ਗਏ ਨੇ ਵੀ ਕੁੱਤੇ ਇਹ ਗੰਦਗੀ ਖਾਣ ਆਉਂਦੇ ਨੇ ਅਤੇ ਰਸਤੇ 'ਚ ਵਾਲੇ ਜਾਂਦਿਆਂ ਨੂੰ ਕੁੱਤੇ ਵੱਢਦੇ ਨੇ, ਕੋਈ ਮੌਤ ਹੋ ਜਾਣ ਦਾ ਨੁਕਸਾਨ ਆ, ਕਿ ਕੁੱਤੇ ਵੱਢ ਦੇਣ ਕੇ। ਇਹ ਥੋੜ੍ਹਾ ਪਤਾ ਵੀ ਕਿਹੜੇ ਵੇਲੇ ਆਪਣੇ ਖੇਤਾਂ ਦੇ ਵਿੱਚ ਕੰਮ ਕਰਨ ਆਉਂਦੇ ਨੇ, ਰਸਤੇ ਦੇ ਵਿੱਚ ਮੰਨ ਲਓ ਜੇ ਹਨੇਰਾ ਵੀ ਹੋ ਜੇ ਅਤੇ ਹਨੇਰਾ ਹੋਣ ਦੇ ਕਾਰਨ ਕੋਈ ਜਾਵੇ ਰਸਤੇ ਦੇ ਵਿੱਚ, ਕੋਈ ਕੁੱਤੇ ਚਾਰ ਪੈ ਜਾਣ ਬੰਦੇ ਨੂੰ ਅਤੇ ਨੁਕਸਾਨ ਹੋ ਸਕਦਾ ਹੈ ਜੀ। ਇਹ ਕੁੱਤੇ ਵੀ ਮਾਰਨੇ ਚਾਹੀਦੇ ਨੇ, ਕੁੱਤੇ ਇੰਨੇ ਜ਼ਾਲਮ ਹੋ ਗਏ ਨੇ ਵੀ ਇਕੱਲਾ ਘਰ ਬੰਦਾ ਵੇਖ ਕੇ ਅਤੇ ਮਗਰ ਦੌੜ ਤੱਕ ਜਾ ਕੇ ਪੈਂਦੇ ਨੇ ਅਤੇ ਵੱਢਣ ਪੈਂਦੇ ਨੇ। ਕੁੱਤੇ ਦਾ ਵੱਢਿਆ ਸੱਪਨਾ ਵੀ ਮਾੜਾ ਵਾ, ਅਜੇ ਸੱਪ ਦਾ ਤਾਂ ਡਰਨਾ ਇਲਾਜ ਕਰ ਰਹੀਦਾ, ਕੁੱਤੇ ਦੀ ਲਾਪਰਵਾਹੀ ਕਰ ਰਿਹਾ ਬੰਦਾ ਜਾਂਦਾ ਰਹਿੰਦਾ ਵਾ। ਸਰ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ? ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਨਾ ਚਾਹੁੰਦੇ ਹਾਂ, ਇਹ ਕੂੜਾ ਇੱਥੋਂ ਬੰਦ ਹੋਣਾ ਚਾਹੀਦਾ ਵਾ। ਇਹ ਕੂੜਾ ਜਿਹੜਾ ਇੱਥੇ ਸੁੱਟਿਆ ਵਾ, ਇਹਦੇ ਮਿੱਟੀ ਪਾ ਕੇ ਦੱਬਿਆ ਜਾਵੇ ਅਤੇ ਗਾਂਹ ਹੋਰ ਆਵੇ ਨਾ, ਬਿਮਾਰੀਆਂ ਫੈਲਣ ਨਾ, ਅਤੇ ਸਰਕਾਰ ਦਾ ਜਿੱਥੇ ਅਸਲੀ ਥਾਂ ਵਾ ਉੱਥੇ ਜਾ ਕੇ ਇਹ ਕਲਾਨੌਰ ਸੁੱਟਿਆ ਜਾਵੇ, ਅਤੇ ਇਸ ਕੂੜੇ ਇਸ ਥਾਂ ਨੂੰ ਸਾਫ਼ ਸੁਥਰਾ ਅਤੇ ਸਾਡੇ ਪਿੰਡ ਦੇ ਵਾਸਤੇ ਪਾਣੀ ਦਾ ਨਿਕਾਸ ਹੋ, ਮੀਂਹਾਂ ਦਾ ਪਾਣੀ ਇੱਥੇ ਇਕੱਠਾ ਹੋ ਸਕਦਾ ਵਾ, ਜਿਹੜਾ ਮੁੜ ਕੇ ਸਾਡੇ ਪਿੰਡ ਦਾ ਨੁਕਸਾਨ ਨਹੀਂ ਕਰਦਾ, ਛੱਪੜ ਦਾ ਕੰਮ ਦਿੰਦਾ ਵਾ। ਇਸ ਕਰਕੇ ਇਸ ਇਹਨੂੰ ਬੰਦ ਭਾਸ਼ਾ ਵਾਲੇ ਦੀ ਆ, ਅਤੇ ਜਿੱਥੇ ਆ ਕੂੜਾ ਲਾ ਰਹੇ ਆ ਪਲਾਟ ਕੱਟੇ ਹੋਏ ਆ ਕਾਗਜ਼ੀ ਜੀ ਜੀ ਅਤੇ ਕਾਗਜ਼ੀ ਉੱਥੇ ਬਕਾਇਦਾ ਬੋਲਦੇ ਆ, ਜਿੱਥੇ ਇਹਨਾਂ ਨੇ ਜ਼ਬਰਦਸਤੀ ਮਕਾ ਆਪਣਾ ਕਬਜ਼ਾ ਕਰਕੇ ਏਡੇ ਠੰਪ ਲਾ ਰਹੇ ਆ। ਕੋਈ ਜਗ੍ਹਾ ਆ ਜਿਹੜਾ ਸਾਡਾ ਪਿੰਡ ਦਾ ਛੱਪੜ ਦਾ ਪਾਣੀ ਆ, ਨਿਕਾਸੀ ਦਾ ਪਾਣੀ ਇੱਥੇ ਪੈ ਰਿਹਾ, ਉਹ ਵੀ ਸਾਡਾ ਬੰਦ ਹੋ ਜਾਣਾ ਜੇਕਰ ਇਸੇ ਤਰ੍ਹਾਂ ਕੂੜਾ ਲਾਉਂਦੇ ਰਹੇ। ਮੈਂ ਪ੍ਰਸ਼ਾਸਨ ਨੂੰ ਇਹੋ ਮੰਗ ਕਰਨਾ ਵੀ ਜਲਦੀ ਤੋਂ ਜਲਦੀ ਬੰਦ ਕੀਤਾ ਜਾਵੇ। ਅੱਛਾ ਸਰ, ਕੀ ਮੰਗ ਚਾਹੁੰਦੇ? ਅਸੀਂ ਇਹੋ ਹੀ ਚਾਹੁੰਦੇ, ਮੰਗ ਕਰਦੇ ਹਾਂ ਵੀ ਇਹ ਬੰਦ ਹੋਣਾ ਚਾਹੀਦਾ ਕੂੜਾ। ਸਾਡੇ ਇੱਥੇ ਪਿੰਡ ਦਾ ਪਾਣੀ ਖਰਾਬ ਹੋਣ ਡਿਆ ਵਾ, ਇੱਥੇ ਆਵਾਰਾ ਕੁੱਤਿਆਂ ਦਾ ਆਉਣ ਜਾਣ ਜ਼ਿਆਦਾ ਹੋ ਗਿਆ, ਪਿੰਡ ਵਾਲਿਆਂ ਨੂੰ ਖਤਰਾ ਲੱਗ ਗਿਆ, ਰਸਤਾ ਨਿਕਲਦਾ ਜੀ, ਆਉਣਾ ਜਾਣਾ ਸਾਰਿਆਂ ਦਾ ਔਖਾ ਹੋਇਆ ਪਿਆ ਜੀ। ਜੇ ਕੋਈ ਹਵਾ ਹਨੇਰੀ ਆਏ ਤਾਂ ਵੀ ਲਿਫਾਫੇ ਪੈਲੀ ਵਿੱਚ ਚੱਲ ਜਾਂਦੇ ਆ, ਜਦੋਂ ਸਾਉਣ ਦੇ ਮਹੀਨੇ ਬਰਸਾਤ ਦਾ ਪਾਣੀ ਆਉਂਦਾ, ਜਦੋਂ ਇਹ ਭਰ ਜਾਂਦਾ ਛੱਪੜ ਸਾਰਾ, ਤਾਂ ਵੀ ਲਿਫਾਫੇ ਉੱਡ ਕੇ ਜਿਹੜੇ ਖੇਤਾਂ 'ਚ ਜਾਂਦੇ ਆ। ਇੱਥੇ ਗੋਭੀ ਦੀ ਫਸਲ ਲਾਉਂਦੇ ਆਪਾਂ, ਗਡਾਈ ਕਰਨੀ ਬਹੁਤ ਮੁਸ਼ਕਲ ਹੈ ਇੱਥੇ ਜੀ, ਜਦੋਂ ਲਿਫਾਫੇ ਆ ਜ਼ਮੀਨ 'ਚ ਚੱਲ ਜਾਂਦੇ ਬਹੁਤ ਨੁਕਸਾਨ ਹੈ ਸਾਡਾ। ਅਸੀਂ ਇਹੀ ਚਾਹੁੰਦੇ ਹਾਂ ਵੀ ਸਾਡਾ ਇਹ ਕੂੜਾ ਜਿਹੜਾ ਇਹ ਪਿੰਡ 'ਚ ਆਉਣਾ ਬੰਦ ਹੋਣਾ ਚਾਹੀਦਾ, ਅਤੇ ਕਾਨੂੰਨੀ ਤੌਰ ਦੇ ਉੱਤੇ ਜਿੱਥੇ ਬਣਦਾ ਇਹਨਾਂ ਦਾ ਕਲਾਨੌਰ ਵਾਲਾ ਡੰਪ ਲੱਗਾ, ਉੱਥੇ ਜਾਣਾ ਚਾਹੀਦਾ। ਅੱਗੇ ਵੀ ਬਹੁਤ ਵਾਰੀ ਇਹਨਾਂ ਨੂੰ ਰੋਕਿਆ ਹੈ ਪਰ ਰੁਕਦੇ ਨਹੀਂ ਆ, ਇਹਨਾਂ ਨੂੰ ਚਾਹੀਦਾ ਥੋੜ੍ਹਾ। ਸਰ, ਇਕੱਲੇ ਸ਼ਹਿਰ ਦਾ ਹੀ ਆਉਂਦਾ ਕੂੜਾ ਕਿ ਚਾਹੇ ਲਾਗੇ ਲਾਗੇ ਪਿੰਡਾਂ ਦਾ ਵੀ? ਨਹੀਂ, ਇਹ ਪੰਜ ਪਿੰਡ ਜਿਹੜੇ ਖਾਸਾ ਜਿੱਦਾਂ ਨਾਲ ਆ ਗਏ ਨਾ ਡੇਰਾ ਬਾਬਾ ਨਾਨਕ ਦੇ ਵਿੱਚ ਜਿਹੜੇ ਆ ਗਏ, ਉਹ ਸਾਰਿਆਂ ਦਾ ਜਿੰਨਾ ਵੀ ਇਕੱਠਾ ਕਰਕੇ ਇੱਥੇ ਹੁਣ ਲਿਆਉਂਦੇ ਆ ਜੀ। ਇਹ ਜ਼ਿਆਦਾ ਹੀ ਆ ਰਿਹਾ, ਸਵੇਰ ਤੋਂ ਲੈ ਕੇ ਸ਼ਾਮ ਤੱਕ ਆਉਂਦਾ ਹੀ ਰਹਿੰਦਾ ਆ। ਤੁਹਾਡੇ ਪਾਣੀ ਦੀਆਂ ਜੋ ਟੈਂਕੀ ਦੀਆਂ ਪੈਪਾਂ ਉਹ ਵੀ ਬਲੋਕ ਹੋ ਚੁੱਕੀਆਂ? ਸਾਰਾ ਕੁਝ ਹੀ ਬੰਦ ਪਿਆ ਪਿੰਡ ਦੇ ਵਿੱਚ, ਅੱਗੇ ਟੈਂਕੀ ਚੱਲਦੀ ਸੀ ਪਹਿਲਾਂ, ਹੁਣ ਵਾਟਰ ਸਪਲਾਈ ਦੀਆਂ ਨਵੇਂ ਸਿਰ ਤੋਂ ਪਾਈਪਾਂ ਨਹੀਂ ਪਈਆਂ। ਹਾਂਜੀ, ਪਹਿਲਾਂ ਜਿਹੜੀ ਪੁਰਾਣੀ ਟਾਲਾਂ ਲੱਗਣ ਤੋਂ ਪਹਿਲਾਂ ਜਿਹੜੀਆਂ ਸੀ ਉਹ ਪਾਈਪ ਸੀ, ਉਹ ਬੰਦ ਹੋ ਗਈ ਆ। ਬਾਅਦ ਵਿੱਚ ਕੋਈ ਸਰਕਾਰੀ ਇੱਥੇ ਮੁਲਾਜ਼ਮ ਨਹੀਂ ਆਇਆ, ਕਿਸੇ ਨੇ ਰਾਬਤਾ ਨਹੀਂ ਕੀਤਾ ਸਾਡੇ ਪਿੰਡ ਦੇ ਨਾਲ ਵੀ ਤੁਸੀਂ ਔਖੇ ਜੇ ਜਾਂ ਸੌਖੇ ਜੇ, ਕੋਈ ਨਹੀਂ ਇੱਥੇ ਆਇਆ। ਅੱਛਾ, ਕਿਸੇ ਨੇ ਆ ਕੇ ਕੋਈ ਗੌਰਮੈਂਟ ਕੋਈ ਪੁੱਛਿਆ ਨਹੀਂ ਜਿੱਦਾਂ ਕਾਨੂੰਨ ਤੁਹਾਡਾ ਪਾਣੀ ਬੰਦ ਆ, ਕਿਸੇ ਨੇ ਆ ਕੇ ਪੁੱਛਿਆ ਨਹੀਂ ਆ ਜੀ। ਅਤੇ ਬਹੁਤ ਮਾੜਾ ਹਾਲ ਆ,
ਪਹਿਲਾਂ ਜਦੋਂ ਸ਼ਹਿਰ ਦੇ ਵਿੱਚ ਪਿੰਡ ਜਿਹੜੇ ਪੰਜ ਪਿੰਡ ਲਾਗੇ ਲਾਗੇ ਪਏ ਆ ਖਾਸਾਵਾਲੀ ਵਿੱਚ ਨਾਲ ਪਾਇਆ ਵਾ, ਉਹਨਾਂ ਨੇ ਆ ਕੇ ਇੰਨੀ ਗੱਲ ਪਹਿਲਾਂ ਕਹੀ ਵੀ ਤੁਹਾਨੂੰ ਇੱਥੇ ਸਫਾਈ ਵਾਲੇ ਕਰਮਚਾਰੀ ਦਿੱਤੇ ਜਾਣਗੇ, ਤੁਹਾਡੀਆਂ ਗਲੀਆਂ ਨਾਲੀਆਂ ਸਾਫ਼ ਹੋਣਗੀਆਂ, ਤੁਹਾਨੂੰ ਬਹੁਤ ਵਧੀਆ ਸੁਪਨੇ ਵਿਖਾਏ ਉਹਨਾਂ ਨੇ। ਪਰ ਬਾਅਦ ਵਿੱਚ ਬਿਲਕੁਲ ਉਲਟ ਮਿਲਿਆ ਸਾਨੂੰ ਨਤੀਜਾ, ਜਿਹੜਾ ਇੰਨਾ ਉਲਟ ਮਿਲਿਆ, ਨਾ ਤਾਂ ਇੱਥੇ ਕੋਈ ਸਫਾਈ ਕਰਮਚਾਰੀ ਆਇਆ, ਨਾ ਕੋਈ ਕਮੇਟੀ ਵਾਲਾ ਕੋਈ ਹੋਰ ਇੱਥੇ ਕੋਈ ਪ੍ਰਬੰਧਕ ਆ ਕੇ ਮਿਲਿਆ, ਅਤੇ ਸਗੋਂ ਨਜਾਇਜ਼ ਇੱਥੇ ਕੂੜਾ ਆ ਰਿਹਾ। ਸਾਨੂੰ ਤਾਂ ਇਹੋ ਹੀ ਤੋਹਫ਼ਾ ਮਿਲਿਆ ਜੇ ਸ਼ਹਿਰ ਦੇ ਵਿੱਚ ਆ ਕੇ, ਅਤੇ ਤੁਸੀਂ ਵੀ ਵੇਖਣ ਦੇ ਕਿੱਦਾਂ ਢੇਰ ਲੱਗੇ ਆ। ਅਤੇ ਸਰ ਕੋਈ ਕਮੇਟੀ ਘਰ ਵਾਲਿਆਂ ਨੂੰ ਕੋਈ ਅਪੀਲ ਕੀਤੀ, ਕੋਈ ਐਫੀਡੇਵਿਟ ਪਿੰਡੋਂ ਲਿਖ ਕੇ ਦਿੱਤਾ ਤੁਸੀਂ ਅਜੇ ਤੱਕ? ਨਹੀਂ, ਲਿਖਤੀ ਰੂਪ ਵਿੱਚ ਨਹੀਂ ਅਸੀਂ ਦਿੱਤਾ ਜੀ, ਉੱਦਾਂ ਵਰਬਲੀ ਉਹਨਾਂ ਨੂੰ ਆਪਾਂ ਬਹੁਤ ਵਾਰੀ ਤਾਲਮੇਲ ਕੀਤਾ ਆਪਸ ਵਿੱਚ, ਪਰ ਆਪਾਂ ਲਿਖਤੀ ਰੂਪ ਵਿੱਚ ਨਹੀਂ ਅਜੇ ਕੋਈ ਦਿੱਤਾ ਉਹਨਾਂ ਨੂੰ। ਅੱਛਾ ਜੀ। ਅੱਛਾ ਜੀ, ਹੁਣ ਸਾਡੇ ਨਾਲ ਆਮ ਪਾਰਟੀ ਦੇ ਸੀਨੀਅਰ ਆਗੂ ਰਜਿੰਦਰ ਸਿੰਘ ਜੀ ਸਾਬੀ ਜੀ ਮੌਜੂਦ ਹਨ, ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਜੋ ਕਿ ਮੰਗ ਪੱਤਰ ਦੇਣ ਵਾਸਤੇ ਕਮੇਟੀ ਘਰ ਵਿੱਚ ਡੇਰਾ ਬਾਬਾ ਨਾਨਕ ਪਹੁੰਚੇ ਹਨ, ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ। ਅੱਛਾ ਸਰ, ਕੀ ਨਾਲ ਲੈਂਦੇ ਆ ਅੱਜ ਤੁਸੀਂ ਇੱਥੇ ਮੰਗ ਪੱਤਰ ਦੇਣ ਆਏ ਹੋ, ਅਤੇ ਸਰ ਕੀ ਇਨਸਾਫ ਦੀ ਮੰਗ? ਜਿਵੇਂ ਕਿ ਤੁਸੀਂ ਵੇਖ ਹੀ ਲਿਆ ਪਿੰਡ ਦੇ ਹਾਲਾਤ, ਉੱਥੇ ਟੋਇਆਂ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਕੂੜਾ ਸੁੱਟ ਰਿਹਾ ਪਿੰਡ ਦਾ, ਡੇਰੇ ਦਾ ਜਿੰਨਾ ਵੀ ਗੰਦ ਪਿੰਡ ਦੇ ਵਿੱਚ ਉੱਥੋਂ ਦਾ ਪਾਣੀ ਜਿਹੜਾ ਗੰਦਾ ਹੋ ਰਿਹਾ, ਉਹਦੇ ਨਾਲ ਪਿੰਡ ਦੇ ਵਿੱਚ ਲਾਜ ਇਲਾਜ ਬਿਮਾਰੀਆਂ ਹੁੰਦੀਆਂ ਨਾ, ਉਹਦਾ ਇਲਾਜ ਕੋਈ ਨਹੀਂ। ਇਹਨਾਂ ਨੂੰ ਤਿੰਨ ਚਾਰ ਵਾਰੀ ਅਸੀਂ ਪਹਿਲਾਂ ਵੀ ਰੋਕਿਆ ਹੋਇਆ ਕਿ ਉੱਥੇ ਕੂੜਾ ਨਾ ਰੱਖਿਆ ਜਾਏ, ਪਰ ਇਹਨਾਂ ਨੇ ਕੋਈ ਚੀਜ਼ ਦਾ ਗੌਰ ਨਹੀਂ ਕੀਤੀ ਹੈਗੀ। ਅੱਜ ਅਸੀਂ ਸਮੂਹ ਪੰਚਾਇਤ ਮੈਂਬਰ ਜਿਹੜੇ ਨਹੀਂ ਹੈ ਇੱਥੇ ਇਕੱਠੇ ਹੋ ਗਏ ਜਿਹੜਾ ਦੇ ਵਿੱਚ ਆਉਣ ਕੈਮਰਾ ਮੀਡੀਆ ਉਹ ਦੇਣ ਆਏ, ਕਿ ਇਹ ਤੋਂ ਅੱਗੋਂ ਮੰਗ ਕਰਦੇ ਹਾਂ ਕਿ ਕੱਲ੍ਹ ਤੋਂ ਕੂੜਾ ਨਾ ਦਿੱਤਾ ਜਾਏ, ਕਿ ਜੋ ਪਿੰਡ ਦੇ ਵਿੱਚ ਬਿਮਾਰੀਆਂ ਫੈਲਣ ਪਾਣੀ ਸਾਫ਼ ਹੋਵੇ। ਅੱਛਾ, ਮੈਂ ਸੀਨੀਅਰ ਰਿਪੋਰਟਰ ਹਾਂ ਕਾਸਟਿੰਗ ਕੈਮਰਾਮੈਨ ਬੋਨ ਕੈਮਰਾ ਦੇ ਨਾਲ, ਧੰਨਵਾਦ। ਬਸ ਇੱਕ